ਬੈਸਟਾਂ ਨੂੰ 3100 ਦਿੱਤਾ ਜਾਣਾ। ਬੜਾ ਚੋਟੀ ਦਾ ਮੈਚ ਖੇਡਿਆ ਜਾਵੇਗਾ। ਇੱਕ ਪਾਸੇ ਖਾਨਪੁਰ ਦੀ ਟੀਮ ਹੈ ਔਰ ਦੂਸਰੇ ਪਾਸੇ ਕੋਟ ਗੋਬਿੰਦਪੁਰ ਦੀ ਟੀਮ ਹੈ। ਬੜਾ ਸਿਰੇ ਦਾ ਮੈਚ ਆ ਖੇਡਿਆ ਜਾਣਾ ਮੈਚ। ਮੈਚ ਸ਼ੁਰੂ ਕਰਵਾ ਦਿਓ ਲਓ ਪਹਿਲੀ ਰੇਡ। ਕਹਿੰਦੇ ਮੇਰੇ ਪੰਜਾਬੀ ਵੀਰੋ ਕੋਟ ਗੋਬਿੰਦਪੁਰ ਦੀ ਤਰਫੋਂ ਨੌਜਵਾਨੇ ਪੜਦੇ ਥਾਪੀ ਮਾਰੀ ਹੈ। ਖਾਨਪੁਰੀ ਅਜੇ ਫਲ ਆਉਣ ਦੀ ਕੋਸ਼ਿਸ਼ ਕਰਦਾ ਪਰ ਬੱਲੇ ਬੱਲੇ ਮੁੰਡਾ ਕਰਾਉਣ ਦੀ ਗੱਲ ਮੇਰੇ ਖਿਆਲ ਦੇ ਨਾਲ ਪਹਿਲੀ ਰੇਡ ਦੇ ਉੱਪਰ ਸੀ। ਪਹਿਲਾ ਜਫਾ ਠਾ ਜਫਾ ਜੱਫੇ ਤੇ ਜੱਫਾ ਠਾ ਜਫਾ ਪਹਿਲਾ ਜਫਾ ਲਾ ਦਿੱਤਾ ਡਾਕਟਰ। ਜੱਫਾ ਕਿਵੇਂ ਲਾਇਆ? ਇਹ ਟਾਈਗਰ ਹੈ, ਮੋਗਾ ਕੜਿਆਲ ਤੋਂ ਚੱਲ ਕੇ ਆਇਆ, ਬੜੀ ਦੂਰੋਂ ਚੱਲ ਕੇ ਆਇਆ, ਉਹ ਕਿਸੇ ਗੱਲ ਨੂੰ ਚੱਲ ਕੇ ਆਇਆ। ਬਾਪੂ ਲੱਗ ਗਿਆ ਤੇ ਤਾਰ ਸਿੰਘ ਖਾਲਸਾ ਬੈਠਾ ਹੈ। ਖਾਲਸਾ ਨੇ ਪੁੱਤ ਤਰਾਸ਼ਿਆ ਤੇ ਪੁੱਤ ਵੀ ਬੱਬਰ ਸ਼ੇਰ ਬਣਾਇਆ ਹੈ ਕਿ ਖਾਲਸਾ ਮੋਗਾ ਮਾਈਕਨ ਦੇ ਕੜਿਆਲ ਮੋਗੇ ਤੋਂ ਚੱਲ ਕੇ ਆਇਆ ਕਿ ਮੋਗਾ ਸ਼ਹਿਰ ਮਦੀਨਾ ਘੰਟਾ ਮੀਂਹ ਤੇ ਚੱਕਰ ਮਹੀਨਾ ਆਵੇ ਸਰਦੀ ਵਿੱਚ ਪਸੀਨਾ ਇਹ ਮੋਗਾ ਸ਼ਹਿਰ ਮਦੀਨਾ। ਮੋਗੇ ਦੀ ਮੰਡੀ ਦੀਆਂ ਗੱਲਾਂ ਹੁੰਦੀਆਂ ਹੈ, ਪਹਿਲੀਆਂ ਦੇ ਵਿੱਚ ਬੋਲੀਆਂ ਪੈਂਦੀਆਂ ਸੀਗੀਆਂ ਕਿ ਮੈਂ ਤੈਨੂੰ ਮੋਗੇ ਦੀ ਮੰਡੀ 'ਚ ਆਉਂਦਾ ਵੇਚ ਮੁੰਡਿਆ। ਮੋਗੇ ਵਾਲਿਆਂ ਨੇ ਤਰੱਕੀ ਕੀਤੀ ਹੈ, ਮੋਗੇ ਵਾਲਿਆਂ ਦੀਆਂ ਗੱਲਾਂ ਹੈ। ਉੱਧਰ ਫਿਰ 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 ਬੈਸਟ ਬਣੇਗਾ ਅੱਜ 3100 ਦਿੱਤਾ ਜਾਵੇਗਾ। ਇਹ ਕਹਿੰਦੇ ਟਾਈਗਰ ਹੈ ਤੇ ਟਾਈਗਰ ਦਾ ਬਾਪੂ ਲਾਗੇ ਬੈਠਾ ਹੋਇਆ ਹੈ ਅਵਤਾਰ ਸਿੰਘ ਖਾਲਸਾ ਦਾ ਪੁੱਤ। ਘਰ ਦੇ ਵਿੱਚ ਗਰੀਬੀ ਹੈ, ਮਾਂ ਮੰਝੇ ਤੇ ਬਿਮਾਰ ਪਈ ਹੈ ਪਰ ਪੁੱਤ ਦਾ ਹੌਸਲਾ ਹੈ, ਪੁੱਤ ਦਾ ਜਿਗਰਾ ਹੈ। ਬਾਪੂ ਨਾਲ ਲੈ ਕੇ ਆਇਆ ਹੈ ਕਿ ਪੁੱਤ ਭਲਵਾਨ ਮਾਰੇ ਡੰਡ ਬੈਠਕਾ ਔਰ ਬਾਪੂ ਦੀ ਵੀ ਮੁੱਛ ਮੱਲੋ ਮੱਲੀ ਖੜਦੀ। ਉਮਰ ਮੇਰੀ ਹੁੰਦੀ ਲੋਕ ਤੱਥਦੀ, ਗਾਉਣ ਦੇ ਸਰੂਰ ਵਿੱਚ ਲੋਰ ਚੜਦੀ। ਮੁੰਡੇ ਨੂੰ ਮਾਣ ਹੈ ਆਪਣੇ ਬਾਪੂ ਤੇ ਬਾਪੂ ਨੂੰ ਮਾਣ ਹੈ ਆਪਣੇ ਪੁੱਤ ਤੇ। ਗੱਲਾਂ ਵੱਡੀਆਂ ਨੇ, ਘਰ ਦੇ ਵਿੱਚ ਗਰੀਬੀ ਹੈ ਫਿਰ ਵੀ ਜਿਗਰਾ ਵੱਡਾ ਹੈ, ਹੌਸਲਾ ਵੱਡਾ ਹੈ। ਇੱਥੇ ਕਬੱਡੀ ਪਾਉਣ ਲੱਗੀ ਆ ਤੇ ਰਵੀ ਦੇਖ ਸਾਹਮਣੇ ਮੋਗੇ ਵਾਲਾ ਖੜਾ ਹੈ। ਲਓ ਮੋਗੇ ਵਾਲੇ ਵੀ ਤਿਆਰੀ ਵਿੱਚ ਹੈ, ਟਾਈਗਰ ਹੈ ਉਰਲੀ ਕੰਨੀ ਦੇ ਤਿਆਰ ਹੈ। ਦੋ ਜਫੋ ਪਹਿਲਾਂ ਲਗਾਤਾਰ ਮੁੰਡੇ ਨਾਲ ਆਏ ਹੈ ਤੇ ਤੀਜਾ ਲੱਗ ਗਿਆ ਤੇ ਵਾਕਿਆ ਵਰਲਡ ਰਿਕਾਰਡਾਂ ਦੇ ਵਿੱਚ ਗੱਲਾਂ ਹੋਣਗੀਆਂ। ਟਾਈਗਰ ਕਰ ਚੱਕ ਇਹ ਕੋਟ ਗੋਬਿੰਦਪੁਰ ਵਾਲਾ ਪਰ ਸਾਹਮਣੇ ਟਾਈਗਰ ਟਾਈਗਰ ਆ ਤੀਜਾ ਜਫਾ ਨੌਜਵਾਨ ਨੇ ਲਾ ਕੇ ਬੱਲੇ ਬੱਲੇ ਕਰਾਈਏ ਤਾੜੀ ਜ਼ੋਰਦਾਰ ਮਾਰ ਦੋ ਮੇਰੇ ਪੰਜਾਬੀ ਵੀਰੋ। ਹੈਟ੍ਰਿਕ ਬਣ ਗਈ ਆ ਰਵੀ ਆ ਮੁੰਡੇ ਦੀ। ਆ ਮੁੰਡੇ ਵਾਸਤੇ ਮੈਂ ਸੰਗਤ ਜੀ ਚਾਹਾਂਗਾ ਇੱਕ ਵਾਰੀ ਤਾੜੀ ਦਿਲ ਖੋਲ ਕੇ ਮਾਰੋ। ਮੋਗੇ ਤੋਂ ਚੱਲ ਕੇ ਆਇਆ, ਕੜਿਆਲ ਤੋਂ ਚੱਲ ਕੇ ਆਇਆ, 120 ਕਿਲੋਮੀਟਰ ਦੀ ਵਾਟ ਤੈਅ ਕਰਕੇ ਆਇਆ। ਆਇਆ ਕਿਸੇ ਗੱਲ ਨੂੰ ਆਇਆ, ਇਹਨੂੰ ਪਤਾ ਹੈ ਕਿ ਮੈਂ ਬੈਸਟ ਬਣਦਾ ਹੈ, ਇਹਨੂੰ ਪਤਾ ਮੈਂ ਜੱਫੇ ਲਾਉਣੇ ਹੈ। ਇੱਧਰ ਮੋਗੇ ਵਾਲੇ ਔਰ ਖਾਨਪੁਰ ਵਾਲੇ ਨੇ ਕਬੱਡੀ ਪਾਈ ਹੈ ਤੇ ਦੂਜੇ ਪਾਸੇ ਇੱਧਰ ਵੀ ਚੰਦਰੇ ਨੇ ਆਣ ਕੇ ਤੇ ਤਾਲਾ ਮਾਰ ਕੇ ਤੇ ਚਾਬੀਆਂ ਖੂਹ 'ਚ ਸੁੱਟ ਦਿੱਤੀਆਂ ਹੈ। ਤਗੜਾ ਜੱਫਾ ਜਿਹੜਾ ਆਹ ਮੁੰਡੇ ਨੇ ਵੀ ਲਾ ਦਿੱਤਾ ਹੈ। ਅਵਤਾਰ ਸਿੰਘ ਦਾ ਪੁੱਤ ਆਓ ਸਾਹਮਣੇ ਇੱਕ ਵਾਰੀ ਫਿਰ, ਜੇਕਰ ਜੱਫਾ ਲਾਵੇ ਤੇ ਕਮਾਲ ਹੋਵੇਗੀ। ਅੱਜ ਬੈਸਟਾਂ ਦੇ ਖਿਤਾਬ ਦਿੱਤੇ ਜਾਣਗੇ, 3100 ਦਿੱਤਾ ਜਾਵੇਗਾ। ਇੱਧਰ ਟਾਈਗਰ, ਟਾਈਗਰ ਦਾ ਜੱਫਾ ਬੜਾ ਸਾਦਾ ਤੱਕਾ ਜੋ ਲਾ ਦਿੰਦਾ ਇਹ ਜੱਫਾ ਨਾਲੇ ਕਰ ਦਿੰਦਾ ਇਹ ਇਕੱਠਾ। ਇਹ ਬੜਾ ਸੁਭਾਅ ਦਾ ਤੱਕਾ ਇਹ ਟਾਈਗਰ ਹੈ ਤੇ ਟਾਈਗਰ ਦਾ ਕੀਤਾ ਹੋਇਆ ਸ਼ਿਕਾਰ ਨਾ ਭੱਜਦਾ ਨਾ ਪੱਛੜੀ ਜੋਗਾ ਛੱਡਦਾ ਹੈ। ਇਹ ਟਾਈਗਰ ਹੈ, ਬਾਪੂ ਖਾਲਸਾ ਔਰ ਖਾਲਸਾ ਸਿੰਘ ਦੀ ਨਿਸ਼ਾਨੀ ਹੈ। ਇੱਧਰ ਕਬੱਡੀ ਪੈ ਗਈ ਤੇ ਬੋਲ ਵੀ ਉਹ ਹੋਣ ਗਿਆ। ਤੂਫਾਨ ਮੇਰੇ ਵੀਰੇ, ਤਗੜਾ ਨੰਬਰ ਨੌਜਵਾਨ ਆਪਣੀ ਟੀਮ ਦੇ ਲਈ ਜੋੜ ਗਿਆ। ਤਗੜਾ ਨੰਬਰ ਕਿਹਦੇ? ਖਾਨਪੁਰ ਦੇ ਖਾਤੇ ਵਿੱਚ ਜੋੜ ਗਿਆ। ਰੇਡ ਪਾਉਣ ਵਾਸਤੇ ਫੇਰ ਮੇਰੇ ਮਿੱਤਰੋ ਅਲੀ ਆ ਗਿਆ ਰੇਡ ਪਾਉਣ ਦੇ ਵਾਸਤੇ। ਅਲੀ ਦੀ ਪੈਂਦੀ ਹੋਈ ਰੇਡ ਹੈ। ਟਾਈਗਰ ਫਿਰ ਜੇ ਜੱਫਾ ਲਾਵੇ, ਲਗਾਤਾਰ ਹੀ ਨੌਜਵਾਨ ਜੱਫੇ ਲਾ ਰਿਹਾ ਹੈ ਤੇ ਹੁਣ ਜੱਫਾ ਲੱਗ ਰਿਹਾ ਤੇ ਗੱਲਾਂ ਹੋਰ ਵੱਖਰੀਆਂ ਹੋ ਜਾਣੀਆਂ। ਪਰ ਇਧਰਲੇ ਪਾਸੇ ਨੌਜਵਾਨ ਇਹ ਜ਼ੈਰੋ ਆ, ਇਹ ਜ਼ੈਰੋ ਜੱਫਾ ਲਾ ਕੇ ਕਮਾਲ ਕਰ ਗਿਆ। ਖਾਨਪੁਰ ਦੇ ਖਾਤੇ ਦੇ ਵਿੱਚ ਇੱਕ ਤਗੜਾ ਨੰਬਰ ਨੌਜਵਾਨ ਆਪਣੀ ਟੀਮ ਦੀ ਜੁੜ ਗਿਆ।
ਤੇਜਿੰਦਰ ਤੇਜੀ ਭਰਾ ਵੱਲੋਂ 3100 ਸੌ ਦਿੱਤੇ ਜਾਣੇ ਬੈਸਟ ਨੂੰ, ਲੈ ਵੀ ਬੁੱਟਰ ਵੀਰਿਆ 3100 ਸੌ ਦੇ ਵੱਡੇ ਮਾਨ ਸਨਮਾਨ ਬੈਸਟ ਰੇਡਰ ਤੇ ਬੈਸਟ ਜਾਫੀ ਨੂੰ ਦਿੱਤੇ ਜਾਣਗੇ। ਤੂਫਾਨ ਤੂਫਾਨ ਕਬੱਡੀ ਭਰ ਰਿਹਾ ਰਵੀ, ਆ ਮੁੰਡੇ ਦਾ ਤੂਫਾਨ ਨਾਂ ਹੈ, ਪਰ ਉਹ ਸਾਹਮਣੇ ਵਾਜੇ ਵਾਲੇ ਵੀ ਕਹਿੰਦੇ ਆ ਕਿ ਸਾਨੂੰ ਆਉਂਦੇ ਨੇ ਤੂਫਾਨ ਯਾਰੋ ਰੋਕਣੇ, ਤੂਫਾਨਾਂ ਵਰਗੇ ਖਿਡਾਰੀ ਯਾਰੋ ਰੋਕਣੇ। ਵਾਹ ਗੱਭਰੂ ਆ, ਐਨ ਕਹਿੰਦੇ ਕਮਾਲ ਦਾ ਜਫਾ ਆ ਮੁੰਡੇ ਨੇ ਲਾ ਦਿੱਤਾ। ਅਗਲੇ ਮੈਚ ਦੀਆਂ ਟੀਮਾਂ ਜਿਹੜੀਆਂ ਉਹ ਵੀ ਜਲਦ ਗਰਾਊਂਡ ਚੜ੍ਹਨਗੀਆਂ। ਇੱਧਰ ਜੇਕਰ ਟਾਈਗਰ ਜਫਾ ਲਾਵੇ ਤੇ 5 ਜਫੇ ਹੋਣਗੇ, ਔਰ 5 ਪਿਆਰੇ, 5 ਆਬ ਤੇ 5 ਦਰਿਆ ਪੰਜਾਬੀ, 5 ਤੱਤਾਂ ਦਾ ਫਤਲਾ ਬੰਦਾ, 5 ਵਕਾਰ ਸ਼ਰਾਬੀ, 5 ਪਾਂਡਵ, 5 ਪਰਮੇਸ਼ਵਰ, 5 ਨਮਾਜ਼ ਖੁਦਾ ਦੀ, 5 ਤਖਤ ਤੇ 5 ਡੱਕੇ ਸਿੱਖ ਪੰਥ ਦੀ ਚਾਬੀ, 5 ਸਾਹਿਬ ਗੁਰੂ ਕੀ ਨਗਰੀ 5 ਨਾਲ ਨਵਾਜੀ, 5 ਅੰਮ੍ਰਿਤ ਪੰਚਾਤ ਸ਼੍ਰੀ ਮੰਦਿਰ ਸ਼ਿਵਜੀ ਆਦ ਅਨਾਦੀ, 5 ਚੀਜ਼ਾਂ ਤੋਂ ਬਣੇ ਪੰਜੀਰੀ, 5 ਤੋਂ ਬਣੇ ਪੰਜਾਬੀ। ਇੱਧਰ ਦੇਖਾਂਗੇ ਪੰਜਾਬੀਆਂ ਦੀ ਮਹਿਬੂਬ ਖੇਡ, ਨਾ ਖੇਡ ਕਬੱਡੀ ਦੀ ਗੱਲ। ਇਸ ਵਕਤ ਖੇਡ ਗਰਾਊਂਡ ਚ ਰਹੀ ਹੈ ਚੱਲ ਮੇਲਾ ਮਿੱਤਰਾਂ ਦਾ, ਚੱਲ ਚੌੜਿਆਂ ਨੂੰ ਚੱਲੀਏ, ਪਹਾੜਾਂ ਨਹੀਂ ਲੱਗਦਾ ਤੂੰ ਬੈਠਣ ਦੀ ਕਰ ਬੱਲੀਏ। ਬੇਨਤੀ ਕਿ ਅਗਲੇ ਮੈਚ ਦੀਆਂ ਟੀਮਾਂ ਚੌੜੇ ਮਦੇ ਵਰਸੇ ਖਜਾਲਾ ਵੀ ਟੀਮਾਂ ਰੈਡੀ ਰਹਿਣਗੀਆਂ, ਆਹ ਮੈਚ ਤੋਂ ਬਾਅਦ ਮੈਚ ਖੇਡਿਆ ਜਾਣਾ ਹੈ। ਹੈਲੋ ਜੀ, ਪਹਾੜਾ ਨੰਬਰ ਹੀ ਹੈ, ਹੋਲਡ ਤੇ ਕਰ ਦਿਓ ਨੰਬਰ। ਬੇਨਤੀ ਅੱਗੇ, ਇੱਕ ਹੀ ਹੋਲਡ ਮਿਲਣਾ ਹੈ, ਜੇਕਰ ਹੋਲਡ ਸਹੀ ਹੋਇਆ ਫਿਰ ਹੋਲਡ ਅੱਗੇ ਮਿਲ ਜੂਗਾ, ਨਹੀਂ ਤੇ ਨਹੀਂ ਮਿਲੇਗਾ। ਬਹੁਤ ਸਿਰੇ ਦਾ ਮੈਚ ਉਤਲੇ ਪਾਸੇ, ਫਿਰ ਅਲੀ ਦੀ ਪੈਂਦੀ ਫਿਰ ਰੇਡ, ਅਲੀ ਆ ਗਿਆ ਰੇਡ ਪਾਉਣ ਦੇ ਵਾਸਤੇ, ਅਲੀ ਤੇ ਅਲੀ ਦੀ ਪੈਂਦੀ ਰੇਡ ਹੈ। ਉਰਲੀ ਕਰੀ ਦੇ ਟਾਈਗਰ ਟਾਈਗਰ ਟਾਈਗਰ, ਪਰਲੀ ਤੋਂ ਜ਼ੈਰੋ ਪਰ ਟਾਈਗਰ ਨੇ ਟਰਾਈ ਕੀਤੀ ਹੈ ਪਰ ਨਹੀਂ ਜਫਾ ਲਾ ਸਕਿਆ, ਪੁਆਇੰਟ ਅਲੀ ਜੋੜ ਗਿਆ ਮੇਰੇ ਵੀਰੋ। ਔਰ ਬੇਨਤੀ ਕਿ ਅਗਲੇ ਮੈਚ ਦੀਆਂ ਟੀਮਾਂ ਚੌੜੇ ਮਦਰੇ ਤੇ ਵਰਸੇ ਖੁਰਿਆਲਾ, ਉਧਰ ਸਾਡੇ ਤੇਜਿੰਦਰ ਸਿੰਘੀ ਤੇਜੀ ਹੁਣਾਂ ਵੱਲੋਂ 3100 ਆਹ ਮੈਚ ਵਿੱਚ ਦਿੱਤਾ ਜਾਣਾ ਬੈਸਟ ਰੇਡਰ ਤੇ ਬੈਸਟ ਜਾਫੀ ਨੂੰ, ਵੱਡੇ ਮਾਨ ਸਨਮਾਨ ਦਿੱਤੇ ਜਾਣਗੇ। ਲਓ ਆ ਗਿਆ ਨੌਜਵਾਨ ਕਹਿੰਦੇ ਗਾਂਧੀ ਵਾਲਾ ਰੇਡ ਪਾਉਣ ਵਾਸਤੇ, ਵਧੀਆ ਹੋਇਆ ਜ਼ਾਇਰੋ ਆ ਗਿਆ ਮੇਰੇ ਵੀਰੋ, ਜ਼ਾਇਰੋ ਦੀ ਪੈਂਦੀ ਰੇਡ ਪਰ ਤਗੜਾ ਨੰਬਰ, ਨੌਜਵਾਨ ਆਪਣੀ ਟੀਮ ਦੇ ਲਈ ਉੱਡ ਗਿਆ, ਖਾਨਪੁਰ ਦੇ ਲਈ ਇੱਕ ਤਗੜੇ ਨੰਬਰ ਦਾ ਵਾਅਦਾ ਕਰ ਦਿੱਤਾ ਹੈ ਕਿ 1.5 ਲੱਖ ਵਰਗਾ ਬਾਕੀ ਮੋੜ ਕੇ ਜੇਬ ਵਿੱਚ ਪਾ ਲਿਆ, ਪੁਆਇੰਟ ਤਗੜਾ ਜੋੜ ਗਿਆ ਆਪਣੀ ਟੀਮ ਦੇ ਲਈ। ਅਲੀ ਫਿਰ ਆ ਗਿਆ ਤੇ ਵੱਡੇ ਵੀਰੇ ਕਰ ਸਿਫਤ ਨੌਜਵਾਨ ਦੀ ਪੈਂਦੀ ਅਲੀ ਦੀ ਕਬੱਡੀ ਭਾਈ ਆ, ਉੱਧਰ ਸਾਹਮਣੇ ਟਾਈਗਰ ਹੈ, ਟਾਈਗਰ ਸ਼ਿਕਾਰ ਕਿਵੇਂ ਕਰਦਾ ਹੈ ਅਲੀ ਨੂੰ ਪਤਾ ਲੱਗ ਜਾਵੇਗਾ, ਜੇਕਰ ਅਲੀ ਭੱਜ ਗਿਆ ਤਾਂ ਗੱਲਾਂ ਹੋਰ ਹੋਣਗੀਆਂ, ਪਰ ਟਾਈਗਰ ਟਾਈਗਰ ਤੱਪਦਾ ਹੈ, ਉਹ ਟਾਈਗਰ ਫੜਦਾ ਹੈ, ਟਾਈਗਰ ਤਾੜਦਾ ਹੈ, ਟਾਈਗਰ ਸ਼ੇਰ ਹੈ, ਉਹ ਸ਼ੇਰ ਦੇ ਬੱਚੇ ਤੇ ਸ਼ੇਰਾਂ ਨਾਲ ਮੱਥੇ ਪਹਾੜਾਂ ਨਾਲ ਜੱਫੇ ਲਾਉਂਦੇ ਨੇ ਪੰਜਾਬੀ ਜੋ ਇਰਾਦਿਆਂ ਦੇ ਪੱਕੇ, ਆ ਇਰਾਦਿਆਂ ਦਾ ਪੱਕਾ ਹੈ ਆ ਮੁੰਡੇ ਲਈ ਤਾੜੀਆਂ ਬਣ ਗਿਆ, ਇਹਨੇ 5 ਜੱਫੇ ਲਾਏ ਆ। ਵਾਹ ਉਹ ਟਾਈਗਰ ਨਹੀਂ ਉਹ ਰੀਸਾਂ ਜਾਣ ਜੋਗਿਆ, ਪਰਮਾਤਮਾ ਦੀ ਕਿਰਪਾ ਹੈ ਜਾਣ ਜੋਗਿਆ ਤੇਰੇ ਤੇ, ਮੋਗਾ ਕੁੜਿਆਲ ਤੋਂ ਚੱਲ ਕੇ ਆਇਆ ਇੱਧਰ ਕਬੱਡੀ, ਆ ਗਾਨੀਆਂ ਵਾਲੇ ਦੀ ਕਿ ਜਿੰਦੇ ਗੱਲ ਦੀ ਗਾਨੀ ਦੇ ਤੇਰੇ ਮਣਕੇ ਵੀ ਉਹਨੇ ਤੇਰੇ ਯਾਰ ਵਰਨੇ। ਵਾਹ ਉਹ ਸੁਣਿਆ ਗਾਨੀਆਂ ਵਾਲਿਆ, ਇਹਨਾਂ ਕੱਲ ਵੀ ਗਾਨੀਆਂ ਵਾਲੇ ਦੀ ਚੱਲਣ ਨਹੀਂ ਦਿੱਤੇ, ਅੱਜ ਵੀ ਰੋਕਦੇ
ਔਰ ਟਾਈਗਰ ਵਾਸਤੇ ਮਾੜੂ ਭਰਾ ਦੇ ਵੱਲੋਂ ਇੱਕ ਸੌ ਪੁੱਜੇਗਾ, ਟਾਈਗਰ ਦੇ ਵਾਸਤੇ ਇੱਕ ਸੌ ਦੇ ਮਾਣ ਮਾੜੂ ਭਰਾ ਦੇ ਵੱਲੋਂ। ਔਰ ਮਾੜੂ ਵੀਰੇ ਟਾਈਗਰ ਦੇ ਫਾਦਰ ਸਾਹਿਬ ਮੇਰੇ ਲਾਗੇ ਬੈਠੇ ਆ, ਆਪਾਂ ਪੈਸੇ ਉਹਨਾਂ ਨੂੰ ਪੁੱਜਦੇ ਕਰ ਦੇਵਾਂਗੇ। ਮੈਂ ਪ੍ਰਬੰਧਕ ਵੀਰਾਂ ਨੂੰ ਵੀ ਬੇਨਤੀ ਕਰਦਾ ਹੈ, ਮੋਗੇ ਤੋਂ ਚੱਲ ਕੇ ਆਇਆ ਮੁੰਡੇ ਨੇ ਪੰਜ ਜੱਫੇ ਲਾਏ ਆ, ਘਰ ਦੇ ਵਿੱਚ ਗਰੀਬੀ ਆ, ਮਾਤਾ ਮੰਜੇ ਤੇ ਬਿਮਾਰ ਪਈ ਹੈ, ਜਿੰਨਾ ਹੋ ਸਕੇ ਮਾਣ ਕਰਾਂਗੇ। ਆਹ ਮੁੰਡਾ ਟਾਈਗਰ ਹੈ, ਆਹ ਸਰਦਾਰ ਜਿਹੜਾ ਮੁੰਡਾ ਖੇਡਦਾ ਹੈ ਇਹ ਟਾਈਗਰ ਹੈ। ਵਾਹ ਗੱਭਰੂ ਬਹੁਤ ਦੂਰ ਤੋਂ ਚੱਲ ਕੇ ਆਇਆ ਕਿ ਪੈਂਡੇ ਦੂਰ ਪਿਛੋਰਾਂ ਦੇ ਵਾਗੇ ਖੜੀ ਰਾਹ ਪੁੱਛਦੀ, ਰਾਹ ਪੁੱਛਦੀ ਲਾਹੌਰਾਂ ਦੇ। ਕਦੀ ਲਾਹੌਰ ਦੀਆਂ ਗੱਲਾਂ ਹੁੰਦੀਆਂ, ਕਦੀ ਕਹਿੰਦੇ ਮੇਰੇ ਪੰਜਾਬੀ ਵੀਰੇ ਕਸ਼ਮੀਰ ਦੀਆਂ ਹੁੰਦੀਆਂ, ਕਦੀ ਚੜ੍ਹਦੇ ਪੰਜਾਬ ਦੀਆਂ, ਕਦੀ ਲਹਿੰਦੇ ਪੰਜਾਬ ਦੀਆਂ, ਕਿ ਲੱਤਾਂ ਰਹਿ ਗਈਆਂ ਪਾਕਿਸਤਾਨ ਦੇ ਵਿੱਚ, ਦਿਲ ਦਿੱਤਾ ਹਰਿਆਣੇ ਨੂੰ, ਨਕਸ਼ੇ ਉੱਤੇ ਦੇਖ ਰੋ ਪਿਆ ਦਿਲ ਪੰਜਾਬ ਪੁਰਾਣੇ ਨੂੰ, ਅੰਮ੍ਰਿਤਸਰ ਦੇ ਵਿੱਚ ਲਾਹੌਰ ਦੇ, ਐਸੀ ਖਿੱਚ ਲੱਗੀ ਦਿੱਤੀ ਕੰਡਿਆਂ ਵਾਲੀ ਤਾਰ ਲਗਾ ਕੇ ਹਿੱਤ ਪੰਜਾਬ ਦੀ ਚੀਰ ਦਿੱਤੀ, ਦਰਸ਼ਨ ਅੱਖੀਆਂ ਵੇਖਣ ਲਈ ਗੁਰੂ ਨਾਨਕ ਦੇ ਨਨਕਾਣੇ ਨੂੰ। ਬਹੁਤ ਸਿਰੇ ਦਾ ਮੈਚ ਖੇਡੇ ਜਾ ਰਿਹਾ ਦੋਨੋਂ ਟੀਮਾਂ ਦੇ ਦਰਮਿਆਨ। ਰਵੀ ਔਰ ਸਾਡੇ ਕੋਲ ਇਲੈਕਟ੍ਰੀਸ਼ੀਅਨ ਵੀਰ ਪੱਖਿਆਂ ਵਾਲਾ ਭਰਾ ਫੇਰ ਪੁੱਜਿਆ ਔਰ ਕਹਿੰਦਾ ਕਿ ਜੱਟ ਫੇਰ ਢਿੱਲੇ ਕਰ ਦਿੱਤੇ ਆ ਪੱਖਿਆਂ ਦੇ। ਮੈਂ ਬਲਵਿੰਦਰ ਸਿੰਘ ਜੀ ਜੇਕਰ ਸਟੇਜ ਤੇ ਆ ਤੇ ਮਾੜਾ ਇੱਕ ਵਾਰੀ ਤੁਸੀਂ ਬੋਲਿਓ। ਹੁਣ ਪਾਣੀ ਨਹੀਂ ਚੱਲਣਾ ਫਿਰ ਮੁਸ਼ਕਿਲ ਆਉਣੀ ਆ ਵੀਰ ਬਣ ਕੇ। ਯਾਰ ਇੱਦਾਂ ਦੇ ਕਿਹੜੇ ਬੰਦੇ ਗਰਾਊਂਡ ਦੇ ਵਿੱਚ ਇੱਥੇ ਲਾਗੇ ਚਾਗੇ ਤੁਰੇ ਫਿਰਦੇ ਆ, ਜਿਨ੍ਹਾਂ ਦੀ ਮਰੀ ਜ਼ਮੀਰ ਆ ਤੇ ਫਿਰ ਵੀ ਇੱਥੇ ਤੁਰੇ ਫਿਰਦੇ ਆ, ਯਾਰ ਬੜੀ ਮਾੜੀ ਗੱਲ ਆ, ਲਾਹਨਤ ਆ ਯਾਰ ਤੁਹਾਡੀ ਸੋਚ ਤੇ। ਗੁਰੂਆ ਇਹਨਾਂ ਨੇ ਇੰਨਾ ਲੱਖਾਂ ਰੁਪਈਏ ਲਾ ਕੇ ਪ੍ਰਬੰਧ ਕੀਤਾ ਔਰ ਮਾਫੀ ਚਾਹਾਂਗਾ, ਕਹਿਣਾ ਬਣਦਾ, ਪਰ ਜੇ ਤੁਸੀਂ ਨੁਕਸਾਨ ਕਰੋ ਤੇ ਕਿੰਨੀ ਕੁ ਵਧੀਆ ਗੱਲ ਹੈ। ਇੱਧਰ ਉਹ ਪਾਤਾ ਚੱਕਰ ਗਾਨੀਆਂ ਵਾਲਾ ਖਿਲਰ ਗਏ ਮਣਕੇ, ਹੁਣ ਪੈ ਗਿਆ ਚੱਕਰ, ਪੈ ਗਈ ਭੁੰਡਾਂ ਦੀ ਖੱਖਰ, ਕੌਣ ਗਿਆ ਟੱਕਰ, ਬੰਦਾ ਫੱਕਰ ਮੈਦਾਨੇ ਚੱਕਰ, ਏਦਾਂ ਦੀ ਟੱਕਰ ਉਹ ਕਿਤੇ ਕਿਤੇ ਦੇਖਣ ਨੂੰ ਮਿਲਦੀ ਹੈ। ਵਾਹ ਜੋਧਿਆ, ਜੋਧੇ ਰਣ ਵਿੱਚ ਜੂਝਦੇ ਵਹਿੰਦੇ ਤਲਵਾਰਾਂ, ਉਸ ਡਾਢੇ ਤੇ ਹੱਥ ਹੁੰਦੀਆਂ ਜਿੱਤਾਂ ਤੇ ਹਾਰਾਂ, ਜਿੱਤ ਦੇ ਜਸ਼ਨ ਮਨਾਈਏ ਨਾ ਤੇ ਹਾਰੋਂ ਡਰੀਏ, ਮੰਦੇ ਬੋਲਣਾ ਬੋਲੀਏ ਕਰਤਾਰੋਂ ਡਰੀਏ। ਮੈਨੂੰ ਰੱਬ ਤੋਂ ਡਰਨਾ ਚਾਹੀਦਾ, ਮਾੜੇ ਕੰਮਾਂ ਤੋਂ ਡਰਨਾ ਚਾਹੀਦਾ ਜਿਹੜੇ ਬਾਰ ਬਾਰ ਪੱਖਿਆਂ ਦੇ ਜੱਟ ਢਿੱਲੇ ਕਰ ਰਹੇ ਆ। ਜੇਕਰ ਬਾਬੇ ਸਾਡੇ ਵਾਲੇ ਨੇ ਚਾਹਿਆ ਨਾ ਕਿਸਮਤ ਦੇ ਪੇਜ ਢਿੱਲੇ ਕਰ ਦੇਣੇ ਆ, ਫਿਰ ਕਿਸੇ ਬਾਬੇ ਤੋਂ ਟੈਪ ਨਹੀਂ ਹੋਣੇ। ਕਰਮਾਂ ਦਾ ਫਲ ਮਿਲਦਾ ਬੰਦਿਆ, ਚੰਦਰਿਆ ਆਪਣੇ ਕਰਮਾਂ ਨੂੰ ਜੇਕਰ ਚੰਗੇ ਪਾਸੇ ਲੈ ਕੇ ਜਾਈਏ ਤੇ ਰੱਬ ਬਹੁਤ ਕੁਛ ਦਿੰਦਾ, ਮਾੜੇ ਕਰਮ ਕਰੀਏ ਫਿਰ ਇੱਥੇ ਸਾਰਾ ਕੁਛ ਹੁੰਦਾ, ਕਿਉਂਕਿ ਉੱਥੇ ਅਮਲਾਂ ਦੇ ਹੁਣ ਇਹਨੇ ਨਬੇੜੇ ਕਿਸੇ ਨਹੀਂ ਤੇਰੀ ਜਾਤ ਪਿਛੜੀ। ਔਰ ਮੈਚ ਦਾ ਜੋ ਵੀ ਡਿਵੀਜ਼ਨ ਹੈ ਰਵੀ ਕਰ ਸਾਂਝਾ ਜਾਣ ਜੋਗਿਆ ਪੁਆਇੰਟ, ਜਿਹੜੀ ਟੀਮ ਜਿੱਤੀ ਹੈ ਜ਼ਰੂਰ ਦੱਸੀ ਆਪਾਂ। ਹਾਫ ਹੋਇਆ ਚੱਲਦੇ ਹੋਏ ਮੈਚ ਦਾ, ਹਾਫ ਸਮਾਂ, ਹਾਫ ਸਮਾਂ ਆਇਆ ਚੱਲਦੇ ਹੋਏ ਮੈਚ ਦਾ, ਪਾਣੀ ਜ਼ਰੂਰ ਪੈਦਾ ਕਰਦੀ ਗਰਾਊਂਡ ਵਿੱਚ। ਹਾਫ ਸਮੇਂ ਤੱਕ ਦੇ ਅੰਕ ਨੇ, ਮੈਚ ਵਾਕਿਆ ਬਹੁਤ ਸਿਰੇ ਦਾ ਖੇਡਿਆ ਜਾ ਰਿਹਾ ਹੈ। ਕੋਟ ਗੋਬਿੰਦਗੜ ਦੇ ਪੁਆਇੰਟ ਨੇ 10 ਤੇ ਖਾਨਪੁਰ ਦੇ ਪੁਆਇੰਟ ਨੇ 10.5, ਮੈਚ ਬਰਾਬਰੀ ਤੇ ਅੱਧੇ ਨੰਬਰ ਦਾ ਫਾਸਲਾ ਚੱਲ ਰਿਹਾ ਹੈ। ਅੱਧੇ ਨੰਬਰ ਦਾ ਜਿੱਤ ਹਾਰ ਕਿਸੇ ਵੀ ਟੀਮ ਦੀ ਹੋ ਸਕਦੀ ਹੈ। ਜ਼ਰੂਰ ਪਾਣੀ ਪੂਜਾ ਕਰੀਏ, ਹੁਣ ਮੈਚ ਸ਼ੁਰੂ ਕਰਾਈਏ, ਹਾਫ ਤੋਂ ਬਾਅਦ ਮੈਚ ਦੀ ਫਿਰ ਸ਼ੁਰੂਆਤ ਕਰਵਾ ਦਈਏ। ਹਾਫ
ਲਓ ਇੱਧਰ ਕਬੱਡੀ ਪੈ ਗਈ ਹੈ, ਇੱਧਰ ਸਾਡਾ ਸਾਹਿਬ ਰੰਗੜ ਨੰਗਲ ਪਿੰਡ ਵਾਲਾ ਭਰਾ ਸਾਡਾ ਮਹਿਤੇ ਦੇ ਲਾਗੇ ਕਰਕੇ ਪਿੰਡ ਪੈਂਦਾ ਸੰਤਾਂ ਮਹਾਂਪੁਰਸ਼ਾਂ ਦੀ ਧਰਤੀ ਸ਼੍ਰੀਮਨ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਆਣ ਕਹਿੰਦੇ ਚਰਨਾਂ ਦੇ ਵਿੱਚ ਵਸਿਆ ਹੋਇਆ ਨਗਰ ਹੈ। ਅੰਮੋ ਨੰਗਲ ਵੈਰੋ ਨੰਗਲ ਰੰਗੜ ਨੰਗਲ ਤੇ ਰੰਗੜ ਨੰਗਲ ਦੇ ਵਿੱਚ 19 ਤਰੀਕ ਦੋ ਦਿਨ ਵੱਡੀਆਂ ਖੇਡ ਕਬੱਡੀ ਦੀ ਗੱਲ ਹੋਵੇਗੀ। 17-18 ਤੇ 19 ਤਿੰਨ ਦਿਨ ਦਾ ਖੇਡ ਮੇਲਾ ਹੋਵੇਗਾ। ਭਰਾ ਸੱਦੇ ਦੇ ਰਿਹਾ ਸਾਡਾ ਵੀਰ ਸੋਤਾ ਭਰਾ ਸਾਹਿਬ ਸਿੰਘ ਸਾਡਾ ਭਰਾ, ਔਰ ਕਹਿੰਦਾ ਕਿ ਜਿਹੜਾ 19 ਤਰੀਕ ਨੂੰ ਵੱਡਾ ਖੇਡ ਮੇਲਾ ਹੋਏਗਾ ਸਿਰਫ ਕਬੱਡੀ ਹੋਏਗੀ। ਪਹਿਲੇ 2 ਦਿਨ ਦੌੜਾਂ ਦੀ ਗੱਲ ਹੋਏਗੀ, ਬਹੁਤ ਸਾਰੀਆਂ ਖੇਡਾਂ ਹੋਣਗੀਆਂ। ਸੰਤਾਂ ਮਹਾਂਪੁਰਸ਼ਾਂ ਦੀ ਧਰਤੀ ਦੀ ਗੱਲ ਕਿ ਭਾਵੇਂ 1984 ਨੂੰ ਕਈ ਵਰੇ ਹੋ ਗਏ ਪਰ ਤੇਜ ਉਹਦਾ ਨਾ ਹਾਲੇ ਵੀ ਚਰੇ ਵਾਰੀ ਪਾਜੇ ਲੰਘਣਾ ਮਹਿਤੇ ਦੇ ਕੋਲ ਦੀ ਜੇ ਪੈਰ ਕੰਬਦਾ ਕੰਬਦਾ ਧਰੇ ਵਾਰੀ ਕਹਿੰਦੇ ਪੋਸਟਰ ਉਹਦੇ ਵੀ ਲੱਗਣ ਦੇੜੇ ਖਰਾਬ ਮਾਹੌਲ ਪੰਜਾਬ ਦਾ ਕਰੇ ਵਾਰੀ ਬਲਵੰਤ ਸਿੰਘਾ ਉਹ ਹੋਵੇਗਾ ਬਲੀ ਕਿੱਡਾ ਉਹ ਜੀਦੀ ਫੋਟੋ ਤੋਂ ਅਜੇ ਵੀ ਡਰੇ ਵਾਰੀ। ਬਾਕੀ ਸੰਤਾਂ ਮਹਾਂਪੁਰਸ਼ਾਂ ਦੀ ਗੱਲ ਹੈ, ਅੱਜ 1 ਜੂਨ ਹੈ ਵੱਡਾ ਢੱਲੂ ਤਾਰਾ ਸਾਕਾ ਨੀਲਾ ਤਾਰਾ ਅੰਮ੍ਰਿਤਸਰ ਦਰਬਾਰ ਸਾਹਿਬ ਚ ਵਾਪਰਿਆ ਹੈ। ਜਿੰਨਾ ਆਪਰੇਸ਼ਨ ਬਲੂ ਸਟਾਰ ਕਿਤਾਬ ਪੜ੍ਹੀ ਹੈ ਉਹਨਾਂ ਨੂੰ ਪਤਾ ਕੀ ਕੁੱਝ ਵਾਪਰਿਆ ਹੈ। ਇੱਧਰ ਕਬੱਡੀ ਦਾ 45 ਕਿਲੋ ਦਾ ਫਾਈਨਲ ਖੇਡਿਆ ਜਾ ਰਿਹਾ ਹੈ, ਰੇਡਾਂ ਪੈਂਦੀਆਂ ਨੇ, ਜੱਫੇ ਲੱਗਦੇ ਆ, 3100 ਸਾਡੇ ਤੇਜੀ ਭਰਾ ਦੇ ਵੱਲੋਂ ਦਿੱਤਾ ਜਾਵੇਗਾ। ਐਨ ਵੱਡੀਆਂ ਗੱਲਾਂ ਨੇ, 3100 ਬੈਸਟ ਰੇਡਰ ਤੇ ਬੈਸਟ ਯਾਫੀ ਨੂੰ ਦਿੱਤਾ ਜਾਵੇਗਾ। ਇੱਧਰ ਫੇਰ ਮਣਕਿਆਂ ਵਾਲੇ ਅਗਾਨੀਆਂ ਵਾਲੇ ਇੱਧਰ ਯੋਗੀਆਂ ਦੇ ਲਾਣਿਆਂ ਤੋਂ ਲੱਗਦਾ ਕਿ ਜੋਗੀ ਉੱਤਰ ਪਹਾੜ ਆਏ ਚਰਖੇ ਦੀ ਕੂਕ ਸੁਣ ਕੇ ਤੇ ਪੁੱਤ ਜੋਗੀਆਂ ਦੇ ਲਾਉਂਦੇ ਨਹੀਂ ਉਹ ਐਨਕਾਂ ਤੇ ਮੰਨਣ ਮਰਾਸੀ ਸੰਘ ਨਾ, ਪੁੱਤ ਜੋਗੀਆਂ ਦੇ ਲਾਉਂਦੇ ਨਹੀਂ ਉਹ ਐਨਕਾਂ ਮੰਗਣ ਮਰਾਸੀ ਸੰਘ ਨਾ। ਕਬੱਡੀ ਕਹਿੰਦੀ ਆ ਰਵੀ ਦੱਸੇਗਾ। ਲਓ ਅਲੀ ਆ ਗਿਆ ਰੇਡ ਪਾਉਣ ਦੇ ਵਾਸਤੇ, ਅਲੀ ਦੀ ਪਾਈ ਹੋਈ ਰੇਡ, ਅਰਲੀ ਕਰੀ ਦੇ ਟਾਈਗਰ ਤਿਆਰ ਹੈ ਨਾਲ ਤੂਫਾਨ ਖੜੇ ਹੈ, ਜਾਂ ਤੂਫਾਨ ਨੂੰ ਕਹਿ ਦੇ ਜਾਂ ਟਾਈਗਰ ਨੂੰ ਕਹਿ ਦੇ, ਟਾਈਗਰ ਨੇ ਵੀ ਪਹਿਲਾਂ ਬੜੇ ਕਮਾਲ ਦੇ ਜਫੇ ਲਾਏ ਹੈ, ਹੁਣ ਜਫਾ ਲੱਗ ਗਿਆ ਤੇ ਗੱਲਾਂ ਹੋਰ ਵੱਖਰੀਆਂ ਹੋ ਜਾਣੀਆਂ। ਵੱਡੀਆਂ ਰੌਣਕਾਂ ਚ ਲੱਗੀਆਂ ਹੋਈਆਂ ਨੇ, ਬੈਠਣ 3100 ਦਿੱਤੇ ਜਾਣਗੇ, ਵੱਡੇ ਮਾਨ ਸਨਮਾਨ ਦਿੱਤੇ ਜਾਣਗੇ। ਤਗੜਾ ਜਫਾ ਟਾਈਗਰ ਲਾ ਕੇ ਬੱਲੇ ਬੱਲੇ ਕਰਵਾ ਗਿਆ, ਇੱਕ ਤਗੜਾ ਨੰਬਰ ਜੋੜਨ ਦੇ ਲਈ ਕਹਿੰਦੇ ਕਾਮਯਾਬ ਹੋ ਗਿਆ। ਆਹ ਗਾਨੀ ਦੇ ਮਣ ਕੇ ਅੱਜ ਖਿਲਾਰ ਨਾ ਦੇਣ ਚੰਦਰਿਆ, ਇਹ ਜ਼ਾਇਰੋ ਆ ਗਿਆ ਰੇਡ ਪਾਉਣ ਵਾਸਤੇ, ਬਿੱਟਰ ਵੀ ਰਿਹਾ ਕਰ ਸੁਖਤੇਂਦਰ ਟਾਈਗਰ ਦੀ। ਲਓ ਇੱਧਰ ਕਬੱਡੀ ਪੈ ਗਈ ਹੈ, ਆਓ ਕਹਿੰਦੇ ਗਾਨੀਆਂ ਵਾਲੇ ਇਹ ਮਨਖਿਆਂ ਵਾਲੇ ਕਿਸੇ ਪਖੰਡੀ ਸਾਹਿਬ ਦੇ ਚਿਹਲਿਆਂ ਵਾਂਗ ਤੁਰ ਫਿਰਦੇ ਆ। ਪਤਾ ਨਹੀਂ ਫੈਸ਼ਨ ਦਾ ਮੁੰਡਾ ਦੀਵਾਨਾ ਹੈ, ਫੈਸ਼ਨ ਦਾ ਕ੍ਰੇਜ਼ ਹੈ, ਫੈਸ਼ਨ ਦਾ ਭੂਤ ਸਵਾਰ ਹੈ, ਜਾਂ ਵਾਕਿਆ ਕਿਸੇ ਹੋਰ ਨੇ 25 ਰੁਪਈਆਂ ਵਾਲੀ ਦਿੱਤੀ ਹੈ ਕਿ ਦੇ ਕੇ 25 ਰੁਪਈਆਂ ਵਾਲੀ ਗਾਨੀ ਰਾਤਾਂ ਦੀ ਸਾਡੀ ਨੀਂਦ ਲੈ ਗਿਆ। ਗੱਲਾਂ ਗੀਤਾਂ ਚ ਹੁੰਦੀਆਂ। ਇੱਧਰ ਟਾਈਗਰ ਬੈਸਟ ਯਾਫੀ ਨੂੰ 3100 ਦਿੱਤਾ ਜਾਵੇਗਾ, ਦੇਖਾਂਗੇ। ਆਹ ਟਾਈਗਰ ਦਾ ਯਫਾ ਦੂਜੇ ਪਾਸੇ ਅਲੀ, ਅਲੀ ਤੇ ਟਾਈਗਰ ਮੋਗੇ ਤੋਂ ਚੱਲ ਗਿਆ। ਸਾਡੇ ਭਰਾ ਨੇ ਬਾਡੀ ਭਰਾ ਨੇ 200 ਕਹਿ ਦਿੱਤਾ ਹੈ, 200 ਦਾ ਮਾਨ ਸਨਮਾਨ। ਟਾਈਗਰ ਤੇਰੇ ਵਾਸਤੇ ਬਾਡੀ ਭਰਾ ਦੇ ਵੱਲੋਂ ਤੇਰੇ ਫਾਦਰ ਸਾਹਿਬ ਦੇ ਕੋਲ ਪੁੱਜ ਚੁੱਲਿਆ ਹੈ। 100 ਡਾਕਟਰ ਸਾਡੇ ਆੜਤੀਆ ਸਿਕੰਦਰ ਸਿੰਘ ਜੀ ਜਿਨ੍ਹਾਂ ਦੇ ਵੱਲੋਂ 100 ਟਾਈਗਰ ਤੇਰੇ ਵਾਸਤੇ ਜਾਣ ਜੋਗਿਆ ਪੁੱਛਿਆ ਹੈ, 200 ਸਾਡੇ ਬਾਡੀ ਭਰਾ ਦੇ ਵੱਲੋਂ ਇਹ ਤੇਰੇ ਨਾਂ ਨਾਲ ਝੋਟਿਆ। ਆਉਣ ਵਾਲੇ ਸਮੇਂ 'ਚ ਗੱਲਾਂ ਵੱਡੀਆਂ ਹੋਣਗੀਆਂ, ਜਿੰਨੀਆਂ ਗੱਲਾਂ ਵੱਡੀਆਂ ਓਨੀਆਂ ਕਬੱਡੀਆਂ, ਜਿੰਨੇ ਜੱਫੇ ਓਨੇ ਨੋਟ ਕਰ ਲਈ ਇਕੱਠੇ, ਆਹ ਬੜੇ ਸੁਭਾਅ ਦੇ ਤੱਤੇ ਮਾਝੇ ਵਾਲੇ ਇਕੱਠੇ, ਆਹ ਸਾਹਮਣੇ ਕਬੱਡੀ ਪਈ ਹੈ, ਦੇਖਾਂਗੇ ਟਾਈਗਰ ਉਹ
ਫੇਰ ਬੱਜਾ ਕਰ ਗਿਆ ਭਈਆਂ ਤੇ। ਦੇਖ ਇਧਰ ਭਾ ਉਹ ਕੀ ਬਣੀ ਜਾਂਦਾ ਹੈ, ਕਿਹੜੇ ਪਿੰਡ ਦਾ ਸੁਣੀਦਾ ਆ ਗੱਭਰੂ, ਉਹ ਦੁਆਬੇ ਤੋਂ ਪਰਲੇ ਪਾਸੇ ਮਾਲਵੇ ਤੋਂ ਚੱਲ ਗਿਆ। ਇੱਕ 100 ਦਾ ਵੱਡਾ ਮਾਨ ਸਨਮਾਨ ਟਾਈਗਰ ਦੇ ਲਈ ਪੁੱਜਾ। ਟਾਈਗਰ ਆਪਣੇ ਪੈਸੇ ਲੈ ਗਿਆ ਨੌਜਵਾਨਾਂ, ਅੱਜ ਮੇਰ ਹੈ ਸਾਡਾ ਭਰਾ ਜਿਹੜਾ ਰੈਫਰੀ ਦੀਆਂ ਸੇਵਾਵਾਂ ਦੇ ਰਿਹਾ ਹੈ। ਇਸ ਭਰਾ ਵੱਲੋਂ ਵੱਡਾ 100 ਦਾ ਮਾਨ ਸਨਮਾਨ ਪੁੱਜਿਆ, ਆਪਣੇ ਪੈਸੇ ਪੁੱਜਾ ਕਰਦਾ ਮੇਰਾ ਭਰਾ। ਲਓ ਅਲੀ ਫਿਰ ਆ ਗਿਆ ਰੇਡ ਪਾਉਣ ਦੇ ਵਾਸਤੇ, ਇੱਧਰ ਅਲੀ ਕਮਾਲ ਕਰੀ ਜਾ ਰਿਹਾ ਹੈ, ਉਧਰਲੇ ਪਾਸੇ ਟਾਈਗਰ ਕਮਾਲ ਕਰੀ ਜਾ ਰਿਹਾ ਹੈ। ਮੈਚ ਬੜਾ ਚੋਟੀ ਦਾ ਖੇਡਿਆ ਜਾ ਰਿਹਾ ਹੈ, ਇਹ ਬੈਸਟਾਂ ਤੇ ਜਾ ਰਹੇ ਨੇ ਨੌਜਵਾਨ, ਐਨ ਕਹਿੰਦੇ ਬੱਲੇ ਬੱਲੇ ਕਰਵਾਈ ਜਾ ਰਹੇ ਨੇ। ਇੱਕ ਪਾਸੇ ਟਾਈਗਰ ਖੇਡ ਰਿਹਾ ਹੈ ਔਰ ਦੂਸਰੇ ਪਾਸੇ ਅਲੀ। ਅਲੀ ਸਿਆ ਆ ਟਾਈਗਰ ਤੋਂ ਵਧੀ, ਇਹਦੇ ਤੋਂ ਵਧੀ, ਇਹਦੇ ਤੋਂ ਵਧੀ ਹੈ, ਬੱਲੇ 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 ਕਰਾਉਂਦਾ ਤਾੜੀਆਂ ਮਾਰੇ ਇੱਕ ਵਾਰੀ ਮੇਰੇ ਪੰਜਾਬੀ ਵੀਰੇ ਜ਼ੋਰਦਾਰ। ਇਹ ਟਾਈਗਰ ਦੀ ਖੇਡ ਵਧੀਆ ਲੱਗੀ ਤੇ ਔਰ ਟਾਈਗਰ ਬਣ ਗਿਆ ਦੋਸਤੋ। ਮਿਹਨਤ ਕਰਵਾਈ ਹੈ, ਮੋਗਾ ਕੜਿਆਲ ਤੋਂ ਚੱਲ ਕੇ ਆਇਆ ਹੈ, ਬੜੀ ਲੰਬੀ ਵਾਟ ਤੈਅ ਕੀਤੀ ਹੈ। ਇਹਨੂੰ ਪਤਾ ਸੀਗਾ ਕਿ ਮੇਰੇ ਪੁੱਤ ਨੇ ਕਮਾਲ ਕਰ ਲਈ ਹੈ। ਔਰ ਇਸ ਭਰਾ ਦਾ ਨਾਮ ਸਾਡੇ ਵੱਡੇ ਭਰਾ ਅਮਰੀਕ ਖੋਸੇ ਕੋਟਲੇ ਵਾਲੇ ਨੇ ਟਾਈਗਰ ਰੱਖਿਆ ਹੈ। ਬਾਕੀ ਹੈ ਵੀ ਟਾਈਗਰ ਹੀ ਹੈ, ਖਿਤਾਬ ਵੀ ਟਾਈਗਰ ਹੀ ਲਿਖਿਆ ਹੈ। ਬਾਕੀ ਕਹਿੰਦੇ ਜੰਗਲਾਂ ਚ ਪੈਂਦੀਆਂ ਦੀ ਵੋਟਾਂ ਮਿੱਠੀਏ, ਔਰ ਹੈਬਟਾਂ ਨਾਲ ਸ਼ੇਰ ਕਰੇ ਚੇਂਜ ਬੱਲਿਆ। ਹਾਂਜੀ ਚੱਲਦੇ ਹੋਏ ਮੈਚਾਂ ਦੇ ਪੁਆਇੰਟ ਨੇ, ਕੋਟ ਗੋਬਿੰਦਪੁਰ ਦੇ ਪੁਆਇੰਟ ਨੇ 12 ਤੇ ਖਾਨਪੁਰ ਦੇ ਪੁਆਇੰਟ ਨੇ 19.5 ਦੇ ਵੀਰੋ। ਖਾਨਪੁਰ ਦੀ ਟੀਮ ਜੇਤੂ ਰਹੀ ਹੈ ਔਰ ਬੈਸਟ ਰੇਡਰ ਬਣਿਆ। ਔਰ ਤਰਲੋਕ ਸਿੰਘ ਜੀ ਵੱਲੋਂ ਔਰ ਜਿਹੜਾ ਬੈਸਟ ਜਾਫੀ ਬਣਿਆ, 6 ਜੱਫੇ ਪਾਏ ਨੇ ਰਮਜਾਨ ਨੇ ਮੇਰੇ ਵੀਰੋ, ਤੇ ਟਾਈਗਰ ਨੇ ਪਾਏ ਨੇ 10 ਜੱਫੇ। ਟਾਈਗਰ ਬੈਸਟ ਜਾਫੀ ਬਣਿਆ ਅੱਜ ਦੇ ਖੇਡ ਮੇਲੇ ਦਾ। ਇੱਕ ਵਾਰੀ ਤਾੜਾ ਹੋ ਜੇ ਤੇ ਜ਼ਾਇਰੋ ਜਿਹੜਾ ਗਾਨੀ ਵਾਲਾ ਨੌਜਵਾਨ ਕਬੱਡੀਆਂ ਪਾਉਂਦਾ ਹੈ, ਜਿਹਨੇ ਪਿੱਛੇ ਵਾਲਾਂ ਦਾ ਅੰਦਾਜ਼ ਵੀ ਵੱਖਰਾ ਜਿਹਾ ਰੱਖਿਆ ਹੋਇਆ ਹੈ, ਉਹਨੇ ਪਾਈਆਂ ਨੇ 5 ਰੇਡਾਂ ਤੇ 5 ਹੀ ਮੁੜਿਆ, ਤੇ ਅਲੀ ਨੇ ਵੀ 5 ਹੀ ਪਾਈਆਂ ਤੇ 5 ਹੀ ਮੋੜੀਆਂ ਨੇ, 5 ਮੁੜੀਆਂ ਨੇ, 5 ਪੁਆਇੰਟ ਹਾਸਲ ਕੀਤੇ ਨੇ ਤੇ ਟੀਮ ਦੀ ਸਹਿਮਤੀ ਨਾਲ 5 ਬਰਾਬਰ ਹੀ ਨੇ, 5 ਪੁਆਇੰਟ ਹਾਸਲ ਕੀਤੇ ਨੇ ਅਲੀ ਤੇ ਜ਼ੈਰੋ ਜਿਹੜਾ ਦੋਨੇ ਬਰਾਬਰੀ ਤੇ ਨੇ, ਜੁਆਇੰਟ ਰੇਡਰ ਨੇ। ਤਾੜੀਆਂ ਇੱਕ ਵਾਰੀ ਜ਼ੋਰਦਾਰ ਮਾਰ ਦੋ ਮੇਰੇ ਵੀਰੋ। ਬੈਸਟਾਂ ਦੇ ਜਿਹੜੇ 31-31 ਸੌ ਦੇ ਮਾਨ ਸਨਮਾਨ ਨੇ ਸਾਡੇ ਤਜਿੰਦਰ ਸਿੰਘ ਜੀ ਤੇ ਜੀ ਉਹਨਾਂ ਵੱਲੋਂ ਕੀਤੇ ਜਾਣੇ ਆ। ਚੰਦਰਿਆ ਰਵਾਇਤੀ ਗੇਮਾਂ ਲਈ ਭਰਾ ਪਹਿਲਾਂ ਜ਼ਰੂਰ ਕਮੇਟੀ ਤੋਂ ਪਰਮਿਸ਼ਨ ਲੈ ਜਾਓ। ਆਈਟਾਂ ਮੇਰੇ ਖਿਆਲ ਨਾਲ ਕਿਸੇ ਦਾ ਚੌਂਕਾ ਹੀ ਘੇੜ ਲਿਆ ਹੋਏ ਲੱਗ ਰਹੇ ਆ, ਤੇ ਮੇਰੇ ਭਰਾ ਪਹਿਲਾਂ ਪਰਮਿਸ਼ਨ ਲੈ ਰਹੇ, ਫਿਰ ਤੁਸੀਂ ਕਰੋ ਗੇਮ। ਔਰ ਜਿਹੜਾ ਮੁੰਡਾ ਅੱਜ ਬੈਸਟ ਯਾਤਰੀ ਬਣਿਆ, ਮੈਂ ਚਾਹੁੰਦਾ ਇਹਨੂੰ ਪ੍ਰਬੰਧਕ ਵੀਰਾਂ ਦੇ ਘਰੇ ਸਨਮੁਖ ਕੀਤਾ ਜਾਵੇ। ਨਿੱਕੀ ਉਮਰ ਹੈ ਪਰ ਵੱਡੀ ਖੇਡ ਕਬੱਡੀ ਹੈ। ਇੱਕ ਵਾਰੀ ਲਾ ਸਾਰਿਆਂ ਦੇ ਗੋਡੀ ਹੱਥ ਜਾਣ ਜੋਗਿਆ, ਪਰਮਾਤਮਾ ਕਿਰਪਾ ਕਰੇ। ਇਹ ਹੈ ਟਾਈਗਰ ਜਿਹੜੇ ਭਰਾ ਨੇ ਅੱਜ 10 ਜੱਫੇ ਲਾਏ ਆ ਇੱਕ ਮੈਚ ਦੇ ਵਿੱਚ, ਕਮਾਲ ਦੀ ਗੱਲ ਹੈ। 10 ਜੱਫੇ ਲਾਉਣੇ, ਜੱਫਾ ਤੇ 1 ਲੱਗ ਜਾਏ ਤੇ ਮਾਣ ਨਹੀਂ ਹੁੰਦਾ, ਇਹਨੇ 10 ਲਾਏ ਆ। ਵਾਕਈ ਮੁੰਡੇ ਲਈ ਇੱਕ ਵਾਰੀ ਤਾੜੀਆਂ ਬਣਦੀਆਂ ਕਿ ਨਹੀਂ ਬਣਦੀਆਂ ਤੁਸੀਂ ਦੱਸਿਓ। ਬਾਈ ਬੱਬਰ ਸ਼ੇਰ ਨੂੰ ਹੱਲਾ ਸ਼ੇਰੀ ਕਹਿਣ ਵਾਲੇ ਸਮੇਂ ਚ ਇਹ ਮੁੰਡਾ ਮਾਂ ਖੇਡ ਕਬੱਡੀ ਦਾ ਦੂਜਾ ਦਬਾਲ ਵਾਲਾ ਬਿੱਟੂ ਬਣੇਗਾ। ਗੱਲਾਂ ਹੋਣਗੀਆਂ ਵੱਡੇ ਪੱਧਰ ਤੇ, ਪਰਮਾਤਮਾ ਕਿਰਪਾ ਕਰੇ, ਜਾਣ ਜੋਗਿਆ ਤੇਰੇ ਲਈ ਦਿਲੀ ਦਵਾਵਾਂ ਦੇ।